ਗੋਣ ਵਾਲਾ ਚਿੱਬੇ ਜੇ ਮੂੰਹ ਵਾਲਾ ਚੱਪਣੀ ਦੇ ਮੂੰਹ ਵਰਗਾ ਵੱਜਦਾ ਮੂੰਹ ਆ ਕੰਜਰ ਗੋਣ ਵਾਲਿਆ ਮੂਸੇ ਵਾਲਿਆ ਤੂੰ ਕਹਿੰਦਾ ਧੱਕਾ ਕਰਦਾ ਅਸੀਂ ਧੱਕਾ ਕਰਨ ਵਾਲਿਆਂ ਦੇ ਫਾਨਾ ਦਿੰਦੇ ਆ ਧੱਕਾ ਕਰਨ ਵਾਲੇ ਚੱਡਿਆਂ ਚ ਪੂਛ ਦੇ ਲੈ ਕੇ ਭੱਜੇ ਹੋਏ ਅਸੀਂ ਚੱਡਿਆਂ ਚ ਪੂਛ ਦਵਾ ਦਿੰਦੇ ਆ ਧੱਕਾ ਕਰਨ ਵਾਲਿਆਂ ਦੇ ਆ ਜਿਹੜੇ ਗੋਣ ਵਾਲੇ ਆਪਣੇ ਆਪ ਨੂੰ ਕਹਿੰਦੇ ਸੀ ਜੱਟਾਂ ਦੇ ਮੁੰਡੇ ਆ ਸਾਰੇ ਕੰਜਰ ਬਣੀ ਜਾਂਦੇ ਆ ਕੰਜਰ ਬਣ ਗਏ ਆ ਕੰਜਰ ਨੇ ਆ ਇੱਕ ਮੂਸੇ ਵਾਲਾ ਮੂਸੇ ਵਾਲਾ ਸਾਨੂੰ ਦਿਖਾ ਦਾਂਗੇ ਧੱਕਾ ਕਰਨ ਵਾਲਿਆਂ ਦਾ ਕੀ ਹਾਲ ਕਰਦੇ ਆ ਅਸੀਂ ਚੱਡਿਆਂ ਚ ਪੂਛ ਲੈ ਕੇ ਭੱਜੇ ਹੋਏ ਆ ਫੇਰ ਮਾਫ਼ੀ ਵੀ ਮੰਗ ਲੈਂਦੇ ਹੋ ਤੁਸੀਂ ਚੱਡਿਆਂ ਚ ਪੂਛ ਲੈ ਕੇ ਇਹ ਉਹੀ ਗੰਦੀ ਨਸਲ ਦੇ ਕੀੜੇ ਹੁੰਦੇ ਆ ਗੰਦੀ ਮਾਨਸਿਕਤਾ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਪੱਠਿਆਂ ਦੀ ਪੰਡ ਬਦਲੇ ਗਰੀਬ ਧੀਆਂ ਦਾ ਸ਼ੋਸ਼ਣ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਮ ਤੌਰ ਤੇ ਪੰਜਾਬੀ ਸਿੰਗਰਾਂ ਦੇ ਕਈ ਫੈਨ ਵੀ ਹੁੰਦੇ ਹਨ ਜੋ ਉਹਨਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਉਹਨਾਂ ਦੀ ਹੂ-ਹੂ ਨਕਲ ਵੀ ਕਰਦੇ ਹਨ ਤੇ ਉੱਥੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਿੰਗਰਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਅਜਿਹਾ ਹੀ ਪੰਜਾਬੀ ਸਿੰਗਰ ਹੈ ਸਿੱਧੂ ਮੂਸੇਵਾਲਾ, ਜਿਸ ਨੂੰ ਅਕਸਰ ਕਈ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਤੇ ਗਾਲਾਂ ਵੀ ਕੱਢਦੇ ਹਨ। ਅਜਿਹੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮੂਸੇਵਾਲੇ ਤੇ ਇਹ ਆਰੋਪ ਲਾ ਰਿਹਾ ਹੈ ਕਿ ਉਸਨੇ ਜੱਟਾਂ ਦੇ ਬੱਚਿਆਂ ਨੂੰ ਫੁਕਰੇ ਬਣਾ ਦਿੱਤਾ ਹੈ ਤੇ ਹੁਣ ਉਹ ਬੱਚੇ ਕਹਿੰਦੇ ਹਨ ਕਿ ਅਸੀਂ ਧੱਕਾ ਕਰਦੇ ਹਾਂ, ਸਾਡਾ ਤਾਂ ਧੱਕਾ ਚੱਲਦਾ। ਆਓ ਤੁਹਾਨੂੰ ਵੀ ਦਿਖਾਉਣੇ ਆ ਉਸ ਵਿਅਕਤੀ ਦੀ ਵੀਡੀਓ। ਪਰ ਪੂਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਇਹ ਪੰਜਾਬ 'ਚ ਵਾਇਲੈਂਸ ਪੈਦਾ ਕਰ ਰਿਹਾ, ਇਹਨੇ ਬਹੁਤ ਸਾਰੇ ਜੱਟਾਂ ਦੇ ਮੁੰਡਿਆਂ ਨੂੰ ਫੁਕਰੇ ਬਣਾਤਾ ਆ ਤੇ ਉਹ ਮੱਛਰ ਗਏ ਆ ਤੇ ਧੱਕਾ ਕਰਦੇ ਕਹਿੰਦੇ ਉਹ ਧੱਕਾ ਕਰਨ ਵਾਲੇ ਚੱਡਿਆਂ 'ਚ ਪੂਛ ਲੈ ਕੇ ਹੁਣ ਭੱਜੇ ਹੋਏ ਨੇ। ਉਹ ਮੂਸੇ ਵਾਲਿਆ ਤੂੰ ਕਹਿੰਦਾ ਧੱਕਾ ਕਰਦਾ ਅਸੀਂ ਧੱਕਾ ਕਰਨ ਵਾਲਿਆਂ ਦੇ ਫਾਨਾ ਦਿੰਦੇ ਆ। ਚੜ੍ਹਦੀ ਕਲਾ ਵਾਲੇ ਸਿੰਘ ਆ ਸੀ ਔਰ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਸਾਨੂੰ ਛਾਤੀ ਨਾਲ ਲਾ ਕੇ ਕਿਹਾ ਸੀ ਬਿਦਾ ਵੀ ਹੋ ਲਾਨਤੀ ਹੋ ਬੇਗੈਰਤੋ, ਜੇ ਏਡਾ ਹੀ ਤੁਸੀਂ ਧੱਕਾ ਕਰਨ ਵਾਲੇ ਏਡੇ ਹੀ ਅਣਖੀ ਸੀਗੇ ਤੇ ਉੱਥੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਸਾਥ ਦਿੰਦੇ ਤਾਂ ਉੱਥੇ ਤਾਂ ਤੁਸੀਂ ਸਾਥ ਛੱਡ ਕੇ ਭੱਜ ਗਏ ਸੀ। ਗੁਰੂ ਸਪੈਰੀ ਸੰਗਤ ਜੀ, ਇਹ ਲਾਂਤੀ ਲੋਕ ਜਿਹੜੇ ਗਾਣਿਆਂ ਦੇ ਵਿੱਚ ਬੜੀਆਂ ਫੁਕਰੀਆਂ ਮਾਰੀ ਜਾਂਦੇ ਆ ਵੀ ਧੱਕਾ ਕਰਦਾ ਐ ਕਰਦਾ ਗੋਣ ਵਾਲਾ ਚਿੱਬੇ ਜੇ ਮੂੰਹ ਵਾਲਾ ਚੱਪਣੀ ਦੇ ਮੂੰਹ ਵਰਗਾ ਵੱਜਦਾ ਮੂੰਹ ਆ ਕੰਜਰ ਹੈ, ਲਾਣਤ ਇਹਦੇ ਪਿਓ ਨੂੰ ਤੇ ਲਾਣਤ ਇਹਦੀ ਮਾਂ ਨੂੰ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਗੰਦੀ ਨਸਲ ਦਾ ਕੀੜਾ ਕੀ ਕਰਨ ਡਿਆ ਆ, ਵਾਇਲੈਂਸ ਪੈਦਾ ਕਰ ਰਿਹਾ ਆ। ਧੱਕਾ ਕਰਦੇ ਧੱਕਾ ਕਰਦੇ ਧੱਕਾ ਕਰਨ ਤੁਸੀਂ ਜੱਟਾਂ ਦਾ ਅਕਸ ਖਰਾਬ ਕਰਦੇ ਪਏ ਹੋ, ਜੱਟਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਦੇ ਪਏ ਹੋ, ਜੂਣੇ ਮੋੜ ਦੀ ਬੰਦੂਕ ਵਰਗੀ ਹੈ। ਲੱਖ ਲਾਣਤ ਆ ਕੰਜਰਾ ਗਾਉਣ ਵਾਲਿਆ ਮੂਸੇ ਵਾਲਿਆ ਤੇ ਲਾਣਤ ਆ ਇਹਨਾਂ ਦੇ ਪਿੰਡ ਵਾਲਿਆਂ ਨੂੰ ਜਿਹੜੇ ਇਹਨੂੰ ਲਾਣਤਾਂ ਨਹੀਂ ਪਾਉਂਦੇ। ਇਹ ਗੈਰਤ ਓਏ, ਜੇ ਤੂੰ ਦਿਖਾਉਣੀ ਆ ਆਪਣੀ ਕੋਈ ਅਣਖ ਤੇ ਬਾਰਡਰ ਦੇ ਉੱਤੇ ਜਾ ਸਟੇਜਾਂ ਦੇ ਉੱਤੇ ਕੰਜਰ ਬਣ ਕੇ ਤੇ ਤੂੰ ਧੱਕਾ ਕਰਦਾ ਤੇ ਏਦਾਂ ਹੀ ਆ ਤੂੰ ਆਪਣੇ ਆਪ ਨੂੰ ਕੱਲ ਇੱਕ ਤੁਹਾਡੀ ਤੇਰੀ ਵੀਡੀਓ ਵਾਇਰਲ ਹੋ ਰਹੀ ਆ, ਤੂੰ ਕਹਿਣ ਡਿਆ ਵੀ ਮੈਂ ਹੁਣ ਸ਼ਬਦ ਬੋਲਣਾ ਨਹੀਂ ਚਾਹੁੰਦਾ ਵੀ ਤੂੰ ਕਹਿੰਦਾ ਮੈਂ ਬਦ ਦਿਮਾਗ ਦਾ ਆ। ਸੋ ਧੱਕਾ ਕਰਨ ਵਾਲੇ ਚੱਡਿਆਂ 'ਚ ਪੂਛ ਦੇ ਲੈ ਕੇ ਭੱਜੇ ਹੋਏ ਆ, ਅਸੀਂ ਚੱਡਿਆਂ 'ਚ ਪੂਛ ਦਵਾ ਦਿੰਦੇ ਹਾਂ ਧੱਕਾ ਕਰਨ ਵਾਲਿਆਂ ਦੇ ਰੰਗਰੇਟੇ ਗੁਰੂ ਕੇ ਬੇਟੇ। ਤੇ ਇਹ 2.5 ਕਰੋੜ ਦੀ ਆਬਾਦੀ ਆ ਪੰਜਾਬ 'ਚ, ਇਹਦੇ 'ਚ ਬਹੁਤ ਸਾਰੇ ਬੱਬਰ ਸ਼ੇਰ ਚਮਾਰ ਵੀ ਰਹਿੰਦੇ ਆ, ਬੱਬਰ ਸ਼ੇਰ ਲਬਾਣੇ ਵੀ ਰਹਿੰਦੇ ਆ, ਬੱਬਰ ਸ਼ੇਰ ਰਾਮਗੜੀਏ ਵੀ ਰਹਿੰਦੇ ਆ, ਜੱਸਾ ਸਿੰਘ ਰਾਮਗੜੀਏ ਦੇ ਵਾਰਸ, ਤੇ ਬੱਬਰ ਸ਼ੇਰ ਵਾਲਮੀਕੀਏ ਵੀ ਰਹਿੰਦੇ ਆ, ਬੱਬਰ ਸ਼ੇਰ ਮਜ਼੍ਹਬੀ ਸਿੱਖ ਵੀ ਰਹਿੰਦੇ ਆ। ਇਹ ਤੁਸੀਂ 2.5 ਕਰੋੜ ਦੀ ਆਬਾਦੀ 'ਚ 11 ਕੁ ਲੱਖ ਤੁਹਾਡੀ ਆਬਾਦੀ ਆ ਔਰ ਸਾਰੇ ਨਹੀਂ ਮਾੜੇ, 95% ਤੇ ਵਿਚਾਰਿਆਂ ਨਾਲ ਆਪਣਿਆਂ ਦਾ ਧੱਕਾ ਹੋਣ ਡਿਆ ਸਾਡੇ ਭਰਾਵਾਂ ਨਾਲ, ਇਹ 5% ਤੁਸੀਂ ਗੰਦੀ ਨਸਲ ਦੇ ਉਹ ਕੀੜੇ ਹੋ ਜਿਨ੍ਹਾਂ ਨੇ ਪਟਿਆਲੇ ਦੇ ਆਯਾਸ਼ ਰਾਜੇ ਨੂੰ ਭੂਆ ਆਪਣੀਆਂ ਦੇ ਕੇ ਫਿਰ ਜ਼ਮੀਨਾਂ ਲਿੱਤੀਆਂ ਸੀ, ਤੁਸੀਂ ਉਹ ਹੋ ਜਿਹੜੇ ਟੱਪਦੇ ਫਿਰਦੇ ਹੋ। ਧੱਕਾ ਕਰਨ ਵਾਲਿਆਂ ਦੇ ਹੁਣ ਅਸੀਂ ਆ ਜਿਨ੍ਹਾਂ ਨੇ ਸੂਰਮਿਆਂ ਦੇ ਬੱਬਰ ਸ਼ੇਰਾਂ ਦੇ ਨਾਂ ਲਿੱਤੇ ਸੀ ਏਕਾ ਕਰ ਲਿਆ ਮੂਲ ਨਿਵਾਸੀਆਂ ਨੇ, ਅਸੀਂ ਹੁਣ ਤੁਹਾਡੇ ਫਾਨਾ ਦੇ ਦੇਵਾਂਗੇ। ਤੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਓ ਆਪਾਂ ਸਾਰੇ ਇੱਕ ਹੋ ਕੇ ਆ ਧੱਕਾ ਕਰਨ ਵਾਲਿਆਂ ਦੇ ਫਾਨਾ ਦੇ ਦਈਏ ਤੇ ਇਹਨਾਂ ਨੂੰ ਇਹਦੀ ਔਕਾਤ ਦਿਖਾ ਦਈਏ ਵੀ ਤੁਸੀਂ ਕਰਜ਼ ਲੈ ਕੇ ਕਰਜ਼ ਨਹੀਂ ਮੋੜਦੇ। ਅਸਲੀ ਚੋਰ ਆ ਹੁੰਦਾ ਉਹ ਹੁੰਦਾ ਜਿਹੜਾ ਕਰਜ਼ ਲੈ ਕੇ ਤੇ ਕਰਜ਼ ਨਹੀਂ ਮੋੜਦਾ।
ਤੇ ਮੁੜ ਕੇ ਮਾਫ ਕਰਵਾ ਲੈਂਦਾ ਆ ਠੀਕ ਹੈ ਜੀ ਤੂੰ ਮੂਸੇ ਵਾਲਿਆ ਲੱਖ ਲਣਤ ਤੇਰੇ ਪਿਓ ਨੂੰ ਤੇ ਲੱਖ ਲਣਤ ਤੇਰੀ ਮਾਂ ਨੂੰ ਤੇ ਲੱਖ ਲਣਤ ਤੇਰੇ ਫੈਨ ਭੇਡਾਂ ਨੂੰ ਆ ਹੁਣ ਵੀਰੋ ਜੇ ਤੁਸੀਂ ਦੇਖਣੇ ਆ ਵੀ ਇੱਕ ਬੰਦੇ ਦੇ ਪੰਜ ਪਿਓ ਆ ਹੁਣ ਮੇਰੀ ਵੀਡੀਓ ਦੇ ਨੀਚੇ ਜਿਹੜੇ ਕਮੈਂਟ ਹੋਣਗੇ ਜਿਹੜੇ ਗਲਤ ਕਮੈਂਟ ਕਰਨਗੇ ਇਹ ਉਹ ਲੋਕ ਹੋਣਗੇ ਜਿਨ੍ਹਾਂ ਦੇ ਪੰਜ ਪੰਜ ਪਿਓ ਆ ਫਿਰ ਇਹਨਾਂ ਦੀਆਂ ਫੇਸਬੁੱਕ ਆਈਡੀਆਂ ਚੈੱਕ ਕਰ ਲਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਪੰਜ ਪਿਓ ਵਾਲਿਆਂ ਦਾ ਮੁੰਡਾ ਜਿਹੜਾ ਆ ਉਹ ਕਿੱਦਾਂ ਦਾ ਹੁੰਦਾ ਆ ਉਹ ਇਦਾਂ ਦਾ ਲਾਂਤੀ ਹੁੰਦੇ ਨੇ ਜਿਹੜੇ ਗਲਤ ਕਮੈਂਟ ਕਰਦੇ ਆ ਧੀਆਂ ਭੈਣਾਂ ਦੇ ਉੱਤੇ ਤਸ਼ੱਦਦ ਕਰਦੇ ਆ ਔਰ ਗਲਤ ਧੱਕਾ ਕਰਦੇ ਆ ਲੋਕਾਂ ਦੇ ਨਾਲ ਗਰੀਬਾਂ ਦੇ ਨਾਲ ਸੋ ਧੱਕਾ ਕਰਦੇ ਧੱਕਾ 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 ਤੇ ਹੁਣ ਤੁਹਾਡੇ ਨਾਲ ਹੋ ਜਾਊਗਾ ਮੈਂ ਸਾਰੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਬੱਬਰ ਸ਼ੇਰਾਂ ਨੂੰ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਵਿੱਚ ਇਹ ਨਸਲ ਗੰਦੀ ਦੇ ਜਿਹੜੇ ਕੀੜੇ ਧੱਕਾ ਕਰਨ ਵਾਲੇ ਧੀਆਂ ਭੈਣਾਂ ਦਾ ਸ਼ੋਸ਼ਣ ਕਰਨ ਵਾਲੇ ਆ ਇਹਨਾਂ ਦੇ ਉੱਤੇ ਨਕੇਲ ਕੱਸੀਏ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਹੋ ਕੇ ਤੇ ਗੁਰੂ ਦੇ ਸਿੱਖ ਬਣ ਜਾਈਏ ਤੇ ਇਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਜੱਟ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਭਰਾਵੋ ਤੁਹਾਡੀਆਂ ਧੀਆਂ ਦਾ ਅਕਸ ਖਰਾਬ ਕਰ ਰਹੇ ਆ ਗਾਣਿਆਂ ਦੇ ਵਿੱਚ ਮੈਂ ਤੇਰੀ ਬਣਨਾ ਮਸ਼ੂਕ ਜੱਟੀ ਅੱਤ ਦੀ ਬੰਦੂਕ ਤੈਨੂੰ ਪੱਟਣਾ ਮੈਂ ਸੋਹਣਿਆ ਪਲਾਨ ਕਰਕੇ ਕੁੜੀਆਂ ਵੀਡੀਓ ਬਣਾਈ ਜਾਂਦੀਆਂ ਟਿਕਟੋਕ ਦੇ ਉੱਤੇ ਤੇ ਭਈਏ ਨਾਲ ਡਿਊਟ ਕਰੀ ਜਾਂਦੇ ਆ ਉਹ ਭਰਾਵੋ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਧੀਆਂ ਦੇ ਆ ਇਹ ਅਕਸ ਬਚਾਲੋ ਇੱਜ਼ਤਾਂ ਬਚਾਲੋ ਸਮਝ ਨਹੀਂ ਆਉਂਦੀ ਤੁਸੀਂ ਤੁਸੀਂ ਵੀ ਕਿਉਂ ਚੁੱਪ ਬੈਠੇ ਹੋਏ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ ਇਹਨਾਂ ਗਾਉਣ ਵਾਲੇ ਆ ਜਿਹੜੇ ਕੰਜਰ ਬਣੀ ਜਾਂਦੇ ਆ ਜੱਟਾਂ ਦੇ ਮੁੰਡੇ ਇਹਨਾਂ ਦੇ ਤੁਸੀਂ ਲਾਂਟਾ ਪਾਓ ਇਹਨਾਂ ਨੂੰ ਜੱਟਾਂ ਦਾ ਅਕਸ ਖਰਾਬ ਕਰ ਰਹੇ ਆ ਜੱਟਾਂ ਦੀਆਂ ਧੀਆਂ ਦਾ ਅਕਸ ਖਰਾਬ ਕਰ ਰਹੇ ਆ ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਦਈਏ ਤੇ ਮੂਸੇ ਵਾਲਿਆ ਆ ਦੇਖ ਵਾਦਾ ਕਰਦਾ ਤੇ ਤੂੰ ਪੰਜਾਬ ਦੇ ਵਿੱਚ ਆ ਕਿਤੇ ਪੰਜਾਬ 'ਚ ਤੇਰਾ ਜਿੱਥੇ ਕਿਤੇ ਵੀ ਪੰਜਾਬ 'ਚ ਖਾੜਾ ਲੱਗਿਆ ਤੇ ਉੱਥੇ ਤੈਨੂੰ ਅੱਜ ਨੇ ਬੱਬਰ ਸ਼ੇਰਾਂ ਦੇ ਮੈਂ ਨਾਮ ਲਏ ਆ ਇਹ ਬੱਬਰ ਸ਼ੇਰ ਸਿਰਫ ਹੱਥ 'ਚ ਚੱਪਲਾਂ ਫੜ ਕੇ ਤੇਰਾ ਮੂੰਹ ਜਿਹੜਾ ਨਾ ਜਿਵੇਂ ਗਿੱਲੀ ਕੰਧ 'ਚ ਘਸੁੰਨ ਮਾਰਿਆ ਹੁੰਦਾ ਚਿੱਬਾ ਜਿਹਾ ਮੂੰਹ ਇਹਨਾਂ ਨੇ ਤੇਰੀ ਸ਼ਕਲ ਵਿਗਾੜ ਦੇਣੀ ਓ ਧੱਕਾ ਕਰਨ ਵਾਲਿਓ ਤੁਹਾਡੀ ਸ਼ਕਲ ਵਿਗਾੜ ਦਾਂਗੇ ਧੱਕਾ ਨਹੀਂ ਪੰਜਾਬ ਦੇ ਵਿੱਚ ਹੁਣ ਦੇਵਾਂਗੇ ਕਿਸੇ ਗਰੀਬ ਗਰੂਬ ਦੇ ਨਾਲ ਦੁਬਕੇ ਦੇ ਨਾਲ ਧੱਕਾ ਤੁਸੀਂ ਪਿੰਡਾਂ ਦੇ ਵਿੱਚ ਗਰੀਬਾਂ ਨਾਲ ਕਰਦੇ ਹੋ ਅੱਖ ਤੇ ਸਾਡੇ ਵਰਗਿਆਂ ਦੀ ਹਿੱਕ ਚਾਣ ਕੇ ਵੱਜੋ ਛਾਤੀ 'ਚ ਤੁਹਾਨੂੰ ਦਿਖਾ ਦਾਂਗੇ ਧੱਕਾ ਕਰਨ ਵਾਲਿਆਂ ਦਾ ਕੀ ਹਾਲ ਕਰਦੇ ਹਾਂ ਅਸੀਂ ਚੱਡਿਆਂ 'ਚ ਪੂਛ ਲੈ ਕੇ ਭੱਜੇ ਹੋਏ ਆ ਫਿਰ ਮਾਫ਼ੀ ਵੀ ਮੰਗ ਲੈਂਦੇ ਹੋ ਤੁਸੀਂ ਚੱਡਿਆਂ 'ਚ ਪੂਛ ਲੈ ਕੇ ਉਹੀ ਗੰਦੀ ਨਸਲ ਦੇ ਕੀੜੇ ਹੁੰਦੇ ਆ ਗੰਦੀ ਮਾਨਸਿਕਤਾ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਪੱਠਿਆਂ ਦੀ ਪੰਡ ਬਦਲੇ ਗਰੀਬ ਧੀਆਂ ਦਾ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਕੁੱਟਦੇ ਮਾਰਦੇ ਆ ਸ਼ਰਿਆਮ ਕਾਨੂੰਨ ਹੱਥ ਦੇ ਵਿੱਚ ਕਿਸੇ ਨੂੰ ਅਸੀਂ ਲੈਣ ਨਹੀਂ ਦੇਵਾਂਗੇ ਪੰਜਾਬ ਦੇ ਵਿੱਚ ਖਾਸ ਕਰਕੇ ਧੱਕਾ ਕਰਨ ਵਾਲਿਓ ਬਾਹ ਦੇ ਦਾਂਗੇ ਅਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਉਹ ਵਿਅਕਤੀ ਮੂਸੇ ਵਾਲੇ ਨੂੰ ਕਿੰਨਾ ਗਲਤ ਬੋਲ ਰਿਹਾ ਹੈ ਤੇ ਤੁਸੀਂ ਵੀ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਸੱਚ ਲੱਗਦਾ ਹੈ ਜੋ ਇਹ ਵਿਅਕਤੀ ਕਹਿ ਰਿਹਾ ਹੈ ਜਾਂ ਮੂਸੇ ਵਾਲਾ ਆਪਣੀ ਜਗ੍ਹਾ ਤੇ ਸਹੀ ਹੈ ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ